ਪੈਰਾਂ ਦੇ ਵਿੱਚ ਕ੍ਰੈਕ ਜਾਂ ਆਪਾਂ ਕਹੀਏ ਪੈਰਾਂ ਦੀਆਂ ਬਿਆਈਆਂ ਕਿਉਂ ਫੜਦੀਆਂ ਹਨ? ਸਾਡੇ ਸਰੀਰ ਦਾ ਬਾਲ ਜਦੋਂ ਟੁੱਟ ਕੇ ਧਰਤੀ ਦੇ ਉੱਪਰ ਡਿੱਗਦਾ ਹੈ ਤਾਂ ਉਹ ਕਿੰਨੀ ਆਵਾਜ਼ ਕਰਦਾ ਹੈ? ਕੀ ਤੁਸੀਂ ਜਾਣਦੇ ਹੋ ਨਿਊਟਨ ਦੇ ਸਿਰ ਦੇ ਉੱਪਰ ਜਿਹੜਾ ਸੇਬ ਡਿੱਗਿਆ ਸੀ ਜਿਸ ਤੋਂ ਉਸਨੇ ਗ੍ਰੈਵਿਟੀ ਦੀ ਖੋਜ ਕੀਤੀ ਸੀ, ਉਸ ਦਰਖਤ ਦੇ ਨਾਲ ਕੀ ਹੋਇਆ? ਕਿਵੇਂ ਤੁਸੀਂ ਇੱਕ ਤਰੀਕੇ ਦੇ ਨਾਲ ਇੱਕ ਪੀਜ਼ੇ ਦੇ ਨਾਲ ਦੂਜਾ ਪੀਜ਼ਾ ਫ੍ਰੀ ਲੈ ਸਕਦੇ ਹੋ? ਕੋਲਡ ਡਰਿੰਕ ਦੇ ਨਾਲ ਜੇਕਰ ਤੁਸੀਂ ਕੋਈ ਮੈਡੀਸਨ ਜਾਂ ਕਹੀਏ ਦਵਾਈ ਲਓਗੇ ਤਾਂ ਉਸ ਦੇ ਨਾਲ ਕੀ ਹੋਵੇਗਾ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਤ ਟੀਵੀ। ਇਹ ਕਾਫੀ ਹੈਰਾਨ ਕਰਨ ਵਾਲਾ ਫੈਕਟ ਹੈ ਕਿ ਜਦੋਂ ਸਾਡੇ ਸਰੀਰ ਦਾ ਕੋਈ ਬਾਲ ਟੁੱਟ ਕੇ ਧਰਤੀ ਦੇ ਉੱਪਰ ਡਿੱਗਦਾ ਹੈ ਤਾਂ ਉਹ ਵੀ ਆਵਾਜ਼ ਕਰਦਾ ਹੈ। ਇਹ ਆਵਾਜ਼ ਸਾਨੂੰ ਨਹੀਂ ਸੁਣਦੀ ਪਰ ਕੀੜੀਆਂ ਨੂੰ ਸਾਫ਼ ਸੁਣਾਈ ਦਿੰਦੀ ਹੈ। ਉਹਨਾਂ ਦੇ ਲਈ ਦਰਖਤ ਡਿੱਗਣ ਦੀ ਆਵਾਜ਼ ਦੇ ਬਰਾਬਰ ਹੁੰਦੀ ਹੈ। ਯੂਕਰੇਨ ਦੇ ਚੱਲ ਰਹੇ ਯੁੱਧ ਦੇ ਵਿੱਚ ਇਹ ਆਦਮੀ ਹਰ ਇੱਕ ਚੀਜ਼ ਨੂੰ ਇਗਨੋਰ ਕਰਕੇ ਆਪਣੇ ਰੋਜ਼ਮਰ੍ਹਾ ਦੇ ਕੰਮ ਪੂਰੇ ਯੁੱਧ ਦੇ ਵਿੱਚ ਵੀ ਕਰ ਰਿਹਾ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਆਦਮੀ ਰੂਸ ਦੇ ਖੜੇ ਹੋਏ ਟੈਂਕਾਂ ਦੇ ਵਿੱਚ ਦੀ ਆਪਣਾ ਸਾਈਕਲ ਲੈ ਕੇ ਜਾ ਰਿਹਾ ਹੈ। ਅਸਲ ਦੇ ਵਿੱਚ ਇਹ ਰੂਸ ਸਰਕਾਰ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਤੁਹਾਡੇ ਇੱਥੇ ਆਉਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ। ਜਿਹੜੀ ਤੁਸੀਂ ਅੱਜ ਟ੍ਰੈਡਮਿਲ ਦੀ ਵਰਤੋਂ ਕਰਦੇ ਹੋ ਅਸਲ ਦੇ ਵਿੱਚ ਇਹ ਕੈਦੀਆਂ ਨੂੰ ਸਜ਼ਾ ਦੇਣ ਦੇ ਲਈ ਬਣਾਈ ਗਈ ਸੀ। 1818 ਦੇ ਵਿੱਚ ਇੰਗਲੈਂਡ ਦੇ ਕੈਦੀਆਂ ਨੂੰ ਸਜ਼ਾ ਦੇਣ ਦੇ ਲਈ ਅਜਿਹੀ ਟ੍ਰੈਡਮਿਲ ਬਣਾਈ ਗਈ ਸੀ ਤੇ ਅੱਜ ਅਸੀਂ ਜਿਮ ਦੇ ਵਿੱਚ ਇਹ ਕੰਮ ਪੈਸੇ ਦੇ ਕੇ ਕਰਦੇ ਹਾਂ। ਤੁਸੀਂ ਅਜਿਹੀ ਫੋਟੋ ਕਦੇ ਨਹੀਂ ਦੇਖੀ ਹੋਵੇਗੀ। ਇਸ ਦੇ ਵਿੱਚ ਇੱਕ ਦਰਖਤ ਮਰੇ ਹੋਏ ਦਰਖਤ ਦੇ ਵਿੱਚੋਂ ਉੱਗ ਰਿਹਾ ਹੈ। ਮਰੇ ਹੋਏ ਦਰਖਤ ਦਾ ਬੀਜ ਆਪਣੇ ਹੀ ਅੰਦਰ ਡਿੱਗ ਗਿਆ ਤੇ ਉਸ ਤੋਂ ਇਹ ਨਵਾਂ ਦਰਖਤ ਉੱਗ ਆਇਆ। ਤੁਹਾਨੂੰ ਇਹ ਪਤਾ ਹੀ ਹੋਵੇਗਾ ਕਿ ਮੋਟੇ ਤੋਂ ਪਤਲੇ ਹੋਣਾ ਕਿੰਨਾ ਮੁਸ਼ਕਲ ਹੈ, ਪਰ ਇੱਕ ਇੰਟਰਨੈਸ਼ਨਲ ਟ੍ਰੇਨਰ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੋਟਾ ਕਰ ਲਿਆ ਤਾਂ ਜੋ ਇਹ ਸਮਝ ਸਕੇ ਕਿ ਉਸਦੇ ਮੋਟੇ ਕਲਾਇੰਟ ਜਿਹੜੇ ਪਤਲਾ ਹੋਣਾ ਚਾਹੁੰਦੇ ਨੇ ਉਹ ਕਿਸ ਤਰ੍ਹਾਂ ਫੀਲ ਕਰਦੇ ਨੇ। ਪਰ ਇਹ ਟ੍ਰੇਨਰ 6 ਮਹੀਨਿਆਂ ਤੋਂ ਬਾਅਦ ਫਿਰ ਆਪਣੀ ਪੁਰਾਣੀ ਫਾਰਮ ਦੇ ਵਿੱਚ ਵਾਪਸ ਆ ਗਿਆ। ਨਿਊਟਨ ਦੇ ਸਿਰ ਦੇ ਉੱਪਰ ਜਿਹੜਾ ਸੇਬ ਡਿੱਗਿਆ ਸੀ ਉਹ ਸੇਬ ਦਾ ਦਰਖਤ ਅੱਜ ਤੱਕ ਸਹੀ ਸਲਾਮਤ ਸੀ, ਪਰ ਹਾਲ ਹੀ ਦੇ ਵਿੱਚ ਆਏ ਇੱਕ ਤੂਫਾਨ ਦੇ ਕਾਰਨ ਇਹ ਸੇਬ ਦਾ ਦਰਖਤ ਆਪਣੀ ਜੜ੍ਹ ਤੋਂ ਉੱਖੜ ਗਿਆ। ਇਹ ਸੇਬ ਦਾ ਦਰਖਤ ਹੁਣ ਮਰ ਗਿਆ ਹੈ ਤੇ ਇਹ ਇੰਗਲੈਂਡ ਦੇ ਵਿੱਚ ਮੌਜੂਦ ਸੀ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੋਵੇ ਤਾਂ ਤੁਸੀਂ ਇੱਕ ਸਾਫ਼ ਪੇਪਰ ਲਓ ਤੇ ਉਸ ਦੇ ਉੱਪਰ ਇੱਕ ਸਿੱਧੀ ਲਾਈਨ ਖਿੱਚੋ। ਇਸ ਦੇ ਨਾਲ ਤੁਹਾਡਾ ਗੁੱਸਾ ਬਹੁਤ ਜ਼ਿਆਦਾ ਘੱਟ ਹੋ ਜਾਵੇਗਾ। ਜੇਕਰ ਤੁਸੀਂ ਉਦਾਸ ਹੋ ਤਾਂ ਇੱਕ ਪੇਪਰ ਨੂੰ ਉਸ ਦੇ ਉੱਪਰ ਰੇਨਬੋ ਬਣਾਓ। ਇਸ ਦੇ ਨਾਲ ਤੁਹਾਡਾ ਦਿਮਾਗ ਖੁਸ਼ ਹੋ ਜਾਵੇਗਾ। ਇਹ ਥੋੜਾ ਅਜੀਬ ਲੱਗ ਰਿਹਾ ਹੈ ਪਰ ਬਿਲਕੁਲ ਸੱਚ ਹੈ। ਇਹ ਇੱਕ ਅਜਿਹੀ ਟ੍ਰਿਕ ਹੈ ਜਿਸ ਦੇ ਨਾਲ ਤੁਸੀਂ ਇੱਕ ਦੇ ਨਾਲ ਇੱਕ ਪੀਜ਼ਾ ਫ੍ਰੀ ਆਰਡਰ ਕਰ ਸਕਦੇ ਹੋ। ਪੀਜ਼ੇ ਦੇ ਕਈ ਸਾਈਜ਼ ਹੁੰਦੇ ਨੇ ਪਰ ਜ਼ਿਆਦਾਤਰ ਲੋਕ 12 ਇੰਚ ਦਾ ਪੀਜ਼ਾ ਹੀ ਮੰਗਵਾਉਂਦੇ ਹਨ। ਜੇਕਰ ਜ਼ਿਆਦਾ ਲੋਕ ਹੋਣ ਤਾਂ ਉਹ 12 ਇੰਚ ਦੇ ਦੋ ਦੋ ਪੀਜ਼ੇ ਮੰਗਵਾ ਲੈਂਦੇ ਨੇ, ਪਰ ਜਿਹੜਾ 18 ਇੰਚ ਦਾ ਪੀਜ਼ਾ ਹੁੰਦਾ ਹੈ ਉਹ 2-12 ਇੰਚ ਦੇ ਪੀਜ਼ੇ ਦੇ ਬਰਾਬਰ ਹੁੰਦਾ ਹੈ ਤੇ ਕਈ ਵਾਰ ਉਸ ਤੋਂ ਵੱਡਾ ਵੀ ਹੁੰਦਾ ਹੈ। ਇਸ ਲਈ ਇੱਕ ਵਾਰ ਤੁਸੀਂ 18 ਇੰਚ ਦੇ ਪੀਜ਼ੇ ਨੂੰ ਜ਼ਰੂਰ ਟਰਾਈ ਕਰਨਾ, ਤੁਹਾਨੂੰ ਪਤਾ ਲੱਗ ਜਾਵੇਗਾ। ਇਹ ਕੋਈ ਫੈਕਟ ਤਾਂ ਨਹੀਂ ਪਰ ਸਾਨੂੰ ਕਾਫੀ ਫਨੀ ਲੱਗਿਆ, ਸੋਚਿਆ ਤੁਹਾਡੇ ਨਾਲ ਇਹਨੂੰ ਸ਼ੇਅਰ ਕਰੀਏ। ਜਿਵੇਂ ਕਿ ਤੁਸੀਂ ਜਿਹੜੀ ਇਹ ਲੜਕੇ ਦੀ ਫੋਟੋ ਦੇਖ ਰਹੇ ਹੋ ਇਹ ਬਿਲਕੁਲ ਸਿੰਪਲ ਫੋਟੋ ਤੁਹਾਨੂੰ ਲੱਗ ਰਹੀ ਹੋਵੇਗੀ, ਪਰ ਜਦੋਂ ਤੁਸੀਂ ਇਸ ਫੋਟੋ ਨੂੰ ਜ਼ੂਮ ਆਊਟ ਕਰਕੇ ਦੇਖੋਗੇ ਤਾਂ ਅਸਲ ਦੇ ਵਿੱਚ ਇਹ ਫੋਟੋ ਅਜਿਹੀ ਹੈ ਤੇ ਸਿੰਪਲੀ ਇਸ ਫੋਟੋ ਨੂੰ ਦੇਖ ਕੇ ਕੌਣ ਸੋਚ ਸਕਦਾ ਹੈ ਕਿ ਇਹ ਇੱਕ ਗਾਂ ਦੀ ਪੂਛ ਦੀ ਫੋਟੋ ਹੈ। ਜੇਕਰ ਤੁਸੀਂ ਆਪਣੇ ਕਿਸੇ ਕਲੋਜ਼ ਫਰੈਂਡ ਨੂੰ ਆਪਣਾ ਸੀਕ੍ਰੇਟ ਦੱਸਦੇ ਹੋ ਤਾਂ ਅਜਿਹਾ ਕਰਨ ਤੋਂ ਪਹਿਲਾਂ 1000 ਵਾਰ ਜ਼ਰੂਰ ਸੋਚਣਾ। ਹੋ ਸਕਦਾ ਹੈ ਤੁਹਾਡਾ ਉਹ ਸੀਕ੍ਰੇਟ ਤੁਹਾਡੇ ਦੋਸਤ ਦੇ ਲਈ ਸੀਕ੍ਰੇਟ ਨਾ ਹੋਵੇ। ਇਸ ਦੇ ਬਹੁਤ ਜ਼ਿਆਦਾ ਚਾਂਸ ਨੇ ਕਿ ਤੁਹਾਡਾ ਉਹ ਦੋਸਤ ਤੁਹਾਡੇ ਸੀਕ੍ਰੇਟ ਨੂੰ ਆਪਣੇ ਕਿਸੇ ਬੈਸਟ ਫਰੈਂਡ ਦੇ ਨਾਲ ਜ਼ਰੂਰ ਸ਼ੇਅਰ ਕਰੇਗਾ। ਇਸ ਲਈ ਆਪਣੇ ਸੀਕ੍ਰੇਟ ਕਿਸੇ ਨੂੰ ਦੱਸਣ ਤੋਂ ਬਚੋ ਤੇ ਇਸ ਦੇ ਨਾਲ ਤੁਸੀਂ ਭਵਿੱਖ ਦੇ ਵਿੱਚ ਕਈ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ। ਯੁੱਧ ਜਾਂ ਕਹੀਏ ਵਾਰ ਕੀ ਹੁੰਦੀ ਹੈ? ਜੇਕਰ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ 70 ਲੱਖ ਦੇ ਬੰਬ ਨੂੰ 10 ਕਰੋੜ ਦੇ ਜਹਾਜ਼ ਰਾਹੀਂ 100 ਰੁਪਈਆ ਪ੍ਰਤੀ ਦਿਨ ਕਮਾਉਣ ਵਾਲੇ ਆਦਮੀਆਂ ਦੇ ਉੱਪਰ ਸਿੱਟਿਆ ਜਾਂਦਾ ਹੈ। ਯੁੱਧ ਦੇ ਨਾਲ ਜ਼ਿਆਦਾਤਰ ਆਮ ਲੋਕਾਂ ਨੂੰ ਹੀ ਨੁਕਸਾਨ ਪਹੁੰਚਦਾ ਹੈ ਜਿਹੜੇ ਕਿ ਮਸਾਂ ਆਪਣੀ ਗੁਜ਼ਰ ਬਸਰ ਕਰ ਰਹੇ ਹੁੰਦੇ ਨੇ। ਇਸ ਲਈ ਯੁੱਧ ਕਿਸੇ ਵੀ ਤਰ੍ਹਾਂ ਦਾ ਹੋਵੇ ਖਤਰਨਾਕ ਹੁੰਦਾ ਹੈ। ਕੇਰਲਾ ਤੇ ਕਰੇਲਾ, ਇਹਨਾਂ ਦੋਨਾਂ ਦੇ ਵਿੱਚ ਕਿਹੜੀ ਚੀਜ਼ ਕਾਮਨ ਹੈ? ਕੇਰਲਾ ਤੇ ਕਰੇਲਾ ਦੋਨੇ ਅਲੱਗ ਅਲੱਗ ਸ਼ਬਦ ਹਨ, ਪਰ ਜੇਕਰ ਤੁਸੀਂ ਕਰੇਲਾ ਤੇ ਕੇਰਲਾ ਦੇ ਮੈਪ ਨੂੰ ਦੇਖੋਗੇ ਤਾਂ ਕਾਫੀ ਹੱਦ ਤੱਕ ਇੱਕੋ ਜਿਹੇ ਲੱਗਦੇ ਹਨ। ਇਹ ਕਾਫੀ ਅਜੀਬ ਇਤਫਾਕ ਹੈ ਕਿ ਕਰੇਲਾ ਤੇ ਕੇਰਲਾ ਦੀ ਬਣਤਰ ਲਗਭਗ ਇੱਕੋ ਜਿਹੀ ਹੈ। ਜਦੋਂ ਤੁਸੀਂ ਬੱਚੇ ਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਸਵੇਰੇ ਉੱਠਣ ਦੇ ਲਈ ਅਲਾਰਮ ਲਗਾਉਣਾ ਪੈਂਦਾ ਹੈ, ਪਰ ਇਹ ਇੱਕ ਫੈਕਟ ਹੈ ਕਿ ਜਦੋਂ ਤੁਹਾਡੀ ਉਮਰ 25 ਸਾਲ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਸੀਂ ਆਪਣੀਆਂ ਪਰੇਸ਼ਾਨੀਆਂ ਤੇ ਜ਼ਿੰਮੇਵਾਰੀਆਂ ਦੇ ਕਾਰਨ ਸਵੇਰੇ ਸਵੇਰੇ ਬਿਨਾਂ ਅਲਾਰਮ ਤੋਂ ਆਪਣੇ ਆਪ ਉੱਠਣ ਲੱਗ ਜਾਂਦੇ ਹੋ। ਇੱਕ ਸਰਵੇ ਦੇ ਮੁਤਾਬਕ 25 ਤੋਂ ਬਾਅਦ ਲਗਭਗ 40 ਸਾਲਾਂ ਤੱਕ ਲੋਕਾਂ ਦੀ ਨੀਂਦ ਕਾਫੀ ਘੱਟ ਜਾਂਦੀ ਹੈ। ਟਾਈਟੈਨਿਕ ਦੇ ਹਾਦਸੇ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕਾਂ ਨੇ ਆਪਣੇ ਪਰਿਵਾਰ ਨੂੰ ਇਹ ਮੈਸੇਜ ਪਹੁੰਚਾਉਣਾ ਸੀ ਕਿ ਉਹ ਸਹੀ ਸਲਾਮਤ ਹਨ, ਇਸ ਲਈ ਉੱਥੇ ਉਸ ਟਾਈਮ ਇੱਕ ਸ਼ਬਦ ਦਾ $1 ਚਾਰਜ ਕੀਤਾ ਜਾਣ ਲੱਗਾ। ਉੱਥੇ ਮੌਜੂਦ ਇੱਕ ਇਨਸਾਨ ਜਿਹੜਾ ਕਿ ਟਾਈਟੈਨਿਕ ਦੇ ਹਾਦਸੇ ਦੇ ਵਿੱਚੋਂ ਜ਼ਿੰਦਾ ਬਚ ਗਿਆ ਸੀ ਤਾਂ ਉਸਨੇ ਆਪਣੇ ਆਖਰੀ ਡਾਲਰ ਦੀ ਵਰਤੋਂ ਕਰਕੇ ਆਪਣੇ ਪਰਿਵਾਰ ਨੂੰ ਜਿਹੜਾ ਮੈਸੇਜ ਭੇਜਿਆ ਉਸ ਦੇ ਵਿੱਚ ਸਿਰਫ ਸੇਫ ਲਿਖਿਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ। ਇਸ ਬੱਚੇ ਨੇ ਸਿਰਫ 10 ਸਾਲ ਦੀ ਉਮਰ ਦੇ ਵਿੱਚ ਹੀ ਗ੍ਰੈਜੂਏਸ਼ਨ ਕਰ ਲਈ ਸੀ ਤੇ 10 ਸਾਲ ਦੀ ਉਮਰ ਵਿੱਚ ਹੀ ਇਹ ਬੱਚਾ ਕਾਫੀ ਵਧੀਆ 뮤직 ਕੰਪੋਜ਼ ਵੀ ਕਰਨ ਲੱਗਿਆ ਸੀ। ਫਿਰ 14 ਸਾਲ ਦੀ ਉਮਰ ਦੇ ਵਿੱਚ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਦਾ ਕਾਰਨ ਇਸਨੇ ਇਹ ਦੱਸਿਆ ਕਿ ਇਹ ਆਪਣੇ ਸਰੀਰ ਦੇ ਅੰਗ ਡੋਨੇਟ ਕਰਨਾ ਯਾਨੀ ਕਿ ਦਾਨ ਕਰਨਾ ਚਾਹੁੰਦਾ ਹੈ।
ਸੈਂਟੀਓ ਮਾਨੇ ਨਾਮ ਦੇ ਇੱਕ ਬਹੁਤ ਜ਼ਿਆਦਾ ਫੇਮਸ ਫੁੱਟਬਾਲਰ ਹਨ। ਇਹ ਟੁੱਟਿਆ ਹੋਇਆ ਫੋਨ ਵਰਤਦੇ ਨੇ ਜਿਸ ਕਰਕੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੋਲ ਕੀਤਾ ਗਿਆ। ਜਦੋਂ ਇਹਨਾਂ ਦੀ ਇੰਟਰਵਿਊ ਲੈਣ ਵਾਲੇ ਨੇ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਟੁੱਟਿਆ ਫੋਨ ਕਿਉਂ ਹੈ ਤਾਂ ਇਹਨਾਂ ਨੇ ਕਿਹਾ ਕਿ ਉਹ ਇਸ ਨੂੰ ਰਿਪੇਅਰ ਕਰਵਾ ਲੈਣਗੇ। ਇਸ ਤੇ ਇੰਟਰਵਿਊਅਰ ਨੇ ਪੁੱਛਿਆ ਕਿ ਤੁਸੀਂ ਨਵਾਂ ਫੋਨ ਕਿਉਂ ਨਹੀਂ ਲੈ ਲੈਂਦੇ ਤਾਂ ਇਸ ਤੇ ਸੈਂਟੀਓ ਮਾਨੇ ਨੇ ਜਵਾਬ ਦਿੱਤਾ ਕਿ ਜੇਕਰ ਮੈਂ ਚਾਹਾਂ ਤਾਂ ਮੈਂ ਦੋ ਜੈਟ ਪਲੇਨ ਵੀ ਲੈ ਸਕਦਾ ਹਾਂ ਪਰ ਮੇਰਾ ਇਹ ਫੋਨ ਕੰਮ ਕਰ ਰਿਹਾ ਹੈ ਤਾਂ ਮੈਂ ਫਾਲਤੂ ਪੈਸੇ ਕਿਉਂ ਨਵੇਂ ਫੋਨ ਦੇ ਉੱਪਰ ਲਗਾਵਾਂ। ਅਸਾਮ ਦੇ ਵਿੱਚ ਕਈ ਵਾਰ ਹਾਥੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਰਾਤ ਨੂੰ ਵੜ ਜਾਂਦੇ ਹਨ ਗੰਨੇ ਖਾਣ ਦੇ ਲਈ। ਇਸ ਤਰ੍ਹਾਂ ਇਹ ਛੋਟਾ ਹਾਥੀ ਵੀ ਕਿਸਾਨ ਦੇ ਗੰਨੇ ਦੇ ਖੇਤ ਦੇ ਵਿੱਚ ਰਾਤ ਨੂੰ ਵੜ ਗਿਆ ਤੇ ਕਿਸਾਨ ਨੇ ਇਸ ਨੂੰ ਦੇਖ ਲਿਆ। ਜਦੋਂ ਕਿਸਾਨ ਨੇ ਇਸ ਹਾਥੀ ਨੂੰ ਦੇਖਣ ਦੇ ਲਈ ਇਸ ਦੇ ਉੱਪਰ ਬੈਟਰੀ ਮਾਰੀ ਤਾਂ ਇਹ ਇੱਕ ਖੰਭੇ ਦੇ ਓਲੇ ਲੁਕ ਗਿਆ, ਜਿਹੜਾ ਕਿ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਫਨੀ ਲੱਗਦਾ ਹੈ ਤੇ ਬਾਅਦ ਦੇ ਵਿੱਚ ਇੰਟਰਨੈਟ ਦੇ ਉੱਪਰ ਇਹ ਫੋਟੋ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਤੇ ਲੋਕਾਂ ਨੇ ਇਸ ਨੂੰ ਕਿਊਟ ਐਲੀਫੈਂਟ ਦਾ ਨਾਮ ਦਿੱਤਾ। ਸਟੀਮ ਹਾਰਵੇ ਕਾਫੀ ਫੇਮਸ ਸਟਾਰ ਹਨ ਪਰ ਇਹਨਾਂ ਦੀ ਇੱਕ ਟੀਚਰ ਸੀ ਜਿਸ ਨੇ ਇਹਨਾਂ ਨੂੰ ਬਚਪਨ ਦੇ ਵਿੱਚ ਕਿਹਾ ਸੀ ਕਿ ਤੂੰ ਕਦੇ ਵੀ ਟੀਵੀ ਦੇ ਉੱਪਰ ਨਹੀਂ ਆਵੇਂਗਾ ਤੇ ਤੂੰ ਕਦੇ ਵੀ ਕਿਸੇ ਐਕਟਰ ਦੇ ਤੌਰ ਤੇ ਸਫਲ ਨਹੀਂ ਹੋ ਸਕੇਗਾ। ਹੁਣ ਸਟੀਮ ਹਾਰਵੇ ਹਰ ਕ੍ਰਿਸਮਸ ਦੇ ਉੱਤੇ ਆਪਣੀ ਇਸ ਟੀਚਰ ਨੂੰ ਇੱਕ ਨਵਾਂ ਟੀਵੀ ਗਿਫਟ ਦਿੰਦੇ ਹਨ ਤੇ ਜਦੋਂ ਤੋਂ ਫੇਮਸ ਸਟਾਰ ਬਣੇ ਹਨ ਉਦੋਂ ਤੋਂ ਅਜਿਹਾ ਕਰਦੇ ਆ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੇਕਰ ਤੁਸੀਂ ਦਵਾਈ ਖਾਣ ਸਮੇਂ ਉਸ ਦੇ ਨਾਲ ਕੋਲਡ ਡਰਿੰਕ ਨੂੰ ਪੀ ਲਵੋਗੇ ਤਾਂ ਕੀ ਹੋਵੇਗਾ। ਅਸੀਂ ਹਮੇਸ਼ਾ ਦਵਾਈ ਨੂੰ ਪਾਣੀ ਦੇ ਨਾਲ ਲੈਂਦੇ ਹਾਂ ਪਰ ਜੇਕਰ ਇਸ ਨੂੰ ਕੋਲਡ ਡਰਿੰਕ ਦੇ ਨਾਲ ਲਵਾਂਗੇ ਤਾਂ ਕੀ ਹੋਵੇਗਾ। ਕੋਲਡ ਡਰਿੰਕ ਨੂੰ ਪਚਾਉਣ ਦੇ ਲਈ ਸਾਡਾ ਪੇਟ ਇੱਕ ਖਾਸ ਤਰ੍ਹਾਂ ਦੇ ਕੈਮੀਕਲ ਨੂੰ ਰਿਲੀਜ਼ ਕਰਦਾ ਹੈ ਤੇ ਜੇਕਰ ਤੁਸੀਂ ਕੋਲਡ ਡਰਿੰਕ ਦੇ ਨਾਲ ਦਵਾਈ ਲੈਂਦੇ ਹੋ ਤਾਂ ਦਵਾਈ ਵੀ ਉਸ ਪ੍ਰੋਸੈਸ ਦੇ ਵਿਚਕਾਰ ਆ ਜਾਵੇਗੀ ਤੇ ਕੋਲਡ ਡਰਿੰਕ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਮੈਡੀਸਿਨਸ ਹੁੰਦੇ ਹਨ ਜਿਹੜੇ ਦਵਾਈ ਦੇ ਨਾਲ ਮਿਲ ਕੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਪਰ ਜਦੋਂ ਅਸੀਂ ਪਾਣੀ ਦੇ ਨਾਲ ਕਿਸੇ ਮੈਡੀਸਿਨ ਨੂੰ ਲੈਂਦੇ ਹਾਂ ਤਾਂ ਸਾਡੇ ਪੇਟ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਪਾਣੀ ਉਸ ਮੈਡੀਸਿਨ ਨੂੰ ਪਿਘਲਾ ਦਿੰਦਾ ਹੈ ਪਰ ਜੇਕਰ ਅਸੀਂ ਕੋਲਡ ਡਰਿੰਕ ਦੇ ਨਾਲ ਕਿਸੇ ਮੈਡੀਸਿਨ ਨੂੰ ਲਵਾਂਗੇ ਤਾਂ ਉਹ ਸਹੀ ਤਰੀਕੇ ਨਾਲ ਅਜਿਹਾ ਨਹੀਂ ਕਰ ਪਾਵੇਗਾ। ਕੋਲਡ ਡਰਿੰਕ ਦੇ ਨਾਲ ਮੈਡੀਸਿਨ ਲੈਣ ਦੇ ਨਾਲ ਕੋਈ ਜ਼ਿਆਦਾ ਪਰੇਸ਼ਾਨੀ ਤਾਂ ਨਹੀਂ ਹੁੰਦੀ ਪਰ ਕਈ ਕੇਸਾਂ ਦੇ ਵਿੱਚ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਤੁਸੀਂ ਪੈਰਾਂ ਦੇ ਹੇਠਾਂ ਇਹ ਕ੍ਰੈਕਸ ਨੂੰ ਤਾਂ ਜ਼ਰੂਰ ਦੇਖਿਆ ਹੋਵੇਗਾ। ਅਸਲ ਦੇ ਵਿੱਚ ਵੱਡੀ ਉਮਰ ਦੇ ਲੋਕਾਂ ਨੂੰ ਚਮੜੀ ਖੁਸ਼ਕ ਹੋ ਜਾਣ ਦੇ ਕਾਰਨ ਹੁੰਦੇ ਹਨ। ਜ਼ਿਆਦਾ ਉਮਰ ਵਾਲੇ ਲੋਕਾਂ ਦੀ ਚਮੜੀ ਛੋਟੀ ਉਮਰ ਵਾਲੇ ਲੋਕਾਂ ਦੀ ਚਮੜੀ ਤੋਂ ਖੁਸ਼ਕ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਘੱਟ ਪਾਣੀ ਪੀਂਦੇ ਹਨ ਉਹਨਾਂ ਨੂੰ ਵੀ ਕ੍ਰੈਕਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਜਿਹੜੇ ਲੋਕ ਦਿਨ ਰਾਤ ਮਿੱਟੀ ਦੇ ਵਿੱਚ ਕੰਮ ਕਰਦੇ ਹਨ ਤੇ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਕਰਦੇ ਉਹਨਾਂ ਦੇ ਪੈਰਾਂ ਵਿੱਚ ਵੀ ਇਹ ਕ੍ਰੈਕਸ ਆ ਜਾਂਦੇ ਨੇ ਪਰ ਇਹਨਾਂ ਦੇ ਆਉਣ ਦਾ ਮੁੱਖ ਕਾਰਨ ਹੈ ਖੁਸ਼ਕ ਚਮੜੀ ਕਿਉਂਕਿ ਸਾਡੇ ਸਰੀਰ ਦਾ ਪੂਰਾ ਭਾਰ ਸਾਡੇ ਪੈਰਾਂ ਦੇ ਉੱਪਰ ਹੁੰਦਾ ਹੈ। ਇਸ ਲਈ ਇਹਨਾਂ ਤੋਂ ਬਚਣ ਦੇ ਲਈ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਤੇ ਪੈਰਾਂ ਨੂੰ ਮੋਇਸਚਰਾਈਜ਼ ਰੱਖਣਾ ਚਾਹੀਦਾ ਹੈ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪ ਆ ਰਹੇ ਨੇ ਉਸ ਦੇ ਬਾਰੇ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋਟੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।